ਦੇਖੋ ਸਾਡੇ ਬਜ਼ੁਰਗ ਨੇ, ਮੈਂ ਕੋਈ ਚੰਗੀ ਮਾੜੀ ਗੱਲ ਨਹੀਂ ਉਹਨਾਂ ਦੇ ਬਾਰੇ ਕਹਿਣੀ ਚਾਹੁੰਦਾ, ਪਰ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਕਿ ਮੈਂ ਅਸੀਂ ਉਹਨਾਂ ਦੀ ਨੀਤੀ ਨਾਲ ਸਹਿਮਤ ਨਹੀਂ ਹਾਂ। ਦੇਸ਼ ਆ ਜਿਹੜਾ ਉਹ ਸਾਡਾ ਦੇਸ਼ ਹੈ, ਸਿੱਖ ਕੌਮ ਨੇ, ਪੰਜਾਬੀਆਂ ਨੇ ਇਸ ਦੇਸ਼ ਲਈ ਬਹੁਤ ਵੱਡੀਆਂ ਕੁਰਬਾਨੀਆਂ ਔਰ ਸ਼ਹਾਦਤਾਂ ਦਿੱਤੀਆਂ। ਸੋ ਦੇਸ਼ ਵਿਰੋਧੀ ਗੱਲ ਨਹੀਂ ਕੋਈ ਕਰਨੀ ਚਾਹੀਦੀ, ਬਾਕੀ ਆਪਦੀ ਲੜਾਈ ਲੜਨ। ਆਪਾਂ ਇਹ ਕਹੀਏ ਕਿ ਸ਼ਹੀਦ ਭਗਤ ਸਿੰਘ ਹੋਣੀ ਸ਼ਹੀਦ ਨਹੀਂ, ਜਾਂ ਜਿਸ ਤਰ੍ਹਾਂ ਕਿਸਾਨਾਂ ਦੀ ਗੱਲ ਆਈ ਹੈ, ਇਹ ਚੀਜ਼ਾਂ ਤੋਂ ਸਾਨੂੰ ਗਰੇਜ਼ ਕਰਨਾ ਚਾਹੀਦਾ। ਆਪਦੀ ਆਈਡੀਓਲੋਜੀ 'ਤੇ ਚੋਣ ਲੜੋ, ਪਰ ਦੇਸ਼ ਨੂੰ ਕਮਜ਼ੋਰ ਕਰਨ ਦੀ, ਦੇਸ਼ ਦੀ ਤੋੜਨ ਦੀ ਗੱਲ 'ਚ ਕਿਸੇ ਵੀ ਆਗੂ ਨੂੰ ਸ਼ਾਮਿਲ ਨਹੀਂ ਹੋਣਾ ਚਾਹੀਦਾ। ਬੀਜੇਪੀ ਨਾਲ ਭਾਈ ਵਰਗ ਸਾਂਝ ਰਹੀ ਹੈ, ਪਹਿਲਾਂ ਤੁਹਾਡੀ ਹੁਣ ਕਿਸ ਤਰ੍ਹਾਂ ਦੇਖਦੇ ਹੋ? ਕਿਸਾਨ ਵੀ ਪ੍ਰੋਟੈਸਟ ਕਰ ਰਹੇ ਨੇ। ਮੁੱਦਿਆਂ ਦੀ ਸਾਂਝ ਸੀ, ਮੁੱਦਿਆਂ 'ਤੇ ਉਹਨਾਂ ਨੇ ਸਾਡੀਆਂ ਗੱਲਾਂ ਨਹੀਂ ਮੰਨੀਆਂ, ਔਰ ਮੁੱਦਿਆਂ ਤੋਂ ਜਦੋਂ ਪਿੱਛੇ ਹਟੇ ਤਾਂ ਅਸੀਂ ਉਹ ਸਾਂਝ ਨਾ ਕਰਨ ਦਾ ਫੈਸਲਾ ਲਿਆ, ਸਮਝੌਤਾ ਤੋੜਿਆ। ਉਹ ਮੁੱਦੇ ਪੰਜਾਬ ਦੇ ਸੀ ਔਰ ਪੰਥ ਦੇ ਸੀ, ਕੋਈ ਸਾਡੇ ਨਿੱਜੀ ਨਹੀਂ ਸੀ। ਅਸੀਂ ਕੋਈ MP ਦੀਆਂ ਸੀਟਾਂ ਜਾਂ ਸਾਡੀ ਕੋਈ ਵਜ਼ੀਰੀ ਦਾ ਰੌਲਾ ਨਹੀਂ ਸੀ, ਉਹ ਪੰਥ ਔਰ ਪੰਜਾਬ ਦੇ ਮੁੱਦਿਆਂ ਦੀ ਗੱਲ ਸੀ, ਜਿਹਦੇ 'ਤੇ ਅਸੀਂ ਮਾਣ ਕਰਦੇ ਹਾਂ ਕਿ ਅਸੀਂ ਉਹਨਾਂ ਗੱਲਾਂ 'ਤੇ ਅਸੀਂ ਸਮਝੌਤਾ ਤੋੜਿਆ। ਢੀਂਡਸਾ ਪਰਿਵਾਰ ਚੁੱਪਾ, ਕਿੰਨਾ ਕੁ ਫਰਕ ਲੱਗਦਾ, ਕਿੰਨਾ ਕੁ ਨੁਕਸਾਨ ਕਰ ਸਕਦੇ ਨੇ? ਅਗਰ ਉਹ ਤੁਹਾਨੂੰ ਸਮਰਥਨ ਨਹੀਂ ਦੇਣਗੇ ਤਾਂ ਕਿਸੇ ਹੋਰ ਨੂੰ ਦੇਣਗੇ? ਵੋਟਰ ਤਾਂ ਕਿਤੇ ਨਾ ਕਿਤੇ ਵੋਟ ਪਾਉਣਗੇ। ਚਲੋ, ਹੋਰ ਨੂੰ ਕਿਉਂ ਦੇਣਗੇ, ਸਾਨੂੰ ਹੀ ਦੇਣਗੇ। ਹੋਰ ਦੱਸੋ, ਸਿਮ ਸਿੰਘ ਮਾਨ ਨੂੰ ਕਿਸ ਤਰ੍ਹਾਂ ਦੇਖਦੇ ਹੋ ਜੀ? ਅਤੇ ਖਹਿਰਾ ਸਾਹਿਬ ਜਿਹੜੇ, ਜੇ ਆਪਾਂ ਪੰਥਕ ਵੋਟ ਦੀ ਗੱਲ ਕਰ ਰਹੇ ਹਾਂ, ਉਹ ਉਸੀ ਆਈਡੀਓਲੋਜੀ 'ਤੇ ਕੰਮ ਕਰਦੇ ਨੇ? ਖਹਿਰਾ ਸਾਹਿਬ ਪੰਥਕ ਨੇ, ਜਿਹੜੇ ਪਲੇਟਫਾਰਮ, ਕਹਿਣ ਨੂੰ ਕੀ ਹੈ ਜੀ, ਕਹਿਣ ਨੂੰ ਤਾਂ ਵੋਟਾਂ ਲੈਣ ਨੂੰ ਹਰੇਕ ਹੀ ਕਹੀ ਜਾਊਗਾ। ਜਿਹੜੇ ਪਲੇਟਫਾਰਮ ਤੋਂ ਉਹ ਚੋਣ ਲੜ ਰਹੇ ਨੇ, ਉਹਨੇ ਪੰਥ ਦਾ ਕੋਈ ਭਲਾ ਕੀਤਾ ਅੱਜ ਤੱਕ? ਕਾਂਗਰਸ ਪਾਰਟੀ ਨੇ।